ਭਾਈ ਧਿਆਨ ਦੇਣਾ, ਦੁਨੀਆਂ ਦੇ ਦਾਜ ਦੇ ਵਿੱਚੋਂ ਕਈ ਵਾਰੀ ਮੈਂ ਵੇਖਿਆ ਦੁਨੀਆਂ ਦੇ ਦਾਜ ਦੇ ਵਿੱਚੋਂ ਨਿਕਲਦਾ ਦੁੱਖ, ਦੁੱਖ ਦੁਨੀਆਂ ਦੇ ਦਾਜ ਦੇ ਵਿੱਚੋਂ ਨਿਕਲਦੀ ਹੈ ਭੁੱਖ, ਦੁਨੀਆਂ ਦੇ ਦਾਜ ਦੇ ਵਿੱਚੋਂ ਨਿਕਲਦਾ ਜੇ ਕਲੇਸ਼, ਤੇ ਕਈ ਵਾਰੀ ਤਾਂ ਦੁਨੀਆਂ ਦੇ ਦਾਜ ਦੇ ਵਿੱਚੋਂ ਨਿਕਲਦੀ ਹੈ ਮੌਤ। ਆਖੋ ਸਤਨਾਮ। ਪਤਾ ਹੈ ਤੁਹਾਨੂੰ ਸਾਰਿਆਂ, ਉਹ ਦਾਜ ਦਾ ਲਾਲਚ, ਦੁਨੀਆਂ ਦੇ ਦਾਜ ਦਾ ਲਾਲਚ ਬੰਦੇ ਨੂੰ ਦੁਖੀ ਕਰਦਾ, ਉਹ ਦੁਨੀਆਂ ਦਾ ਦਾਜ ਦਾ ਲਾਲਚ ਬੰਦੇ ਦੀ ਕਲਪਨਾ ਵਧਾਉਂਦਾ, ਬੰਦੇ ਨੂੰ ਅੰਦਰੋਂ ਸਾੜਦਾ, ਤੇ ਕਈ ਵਾਰੀ ਤਾਂ ਇਹ ਦਾਜ ਦੇ ਲਾਲਚੀ ਤੇ ਦਾਜ ਦੇ ਲੋਭੀ ਜੀਵ ਮੌਤ ਦੇ ਘਾਟ ਵੀ ਉਤਾਰ ਦਿੰਦੇ ਨੇ ਬੱਚੀ ਨੂੰ। ਆਖੋ ਸਤਨਾਮ। ਇੰਨਾ ਮਾੜਾ ਹੈ ਇਸ ਦਾਜ ਦਾ ਲਾਲਚ, ਇੰਨਾ ਮਾੜਾ ਹੈ ਇਸ ਦਾਜ ਦਾ ਲਾਲਚ। ਪਰ ਸਾਹਿਬ ਕਹਿੰਦੇ ਨੇ ਆ ਜਿਸ ਦਾਜ ਦੀ ਮੈਂ ਗੱਲ ਕਰ ਰਿਹਾ ਇਹਦਾ ਰੱਜ ਰੱਜ ਕੇ ਲਾਲਚ ਕਰੀ। ਆਖੋ ਸਤਨਾਮ। ਰੱਜ ਰੱਜ ਕੇ ਲਾਲਚ ਕਰੀ, ਜਿਤਨਾ ਲਾਲਚ ਕਰੇਗਾ ਇਸ ਦਾਜ ਦਾ, ਨਿਰਮਲ ਦਾਜ ਦਾ, ਸੱਚੇ ਦਾਜ ਦਾ, ਕਹਿੰਦੇ ਕਿਰਪਾ ਵਧੇਗੀ ਵਧੇਗੀ। ਸਤਿ ਸ੍ਰੀ ਅਕਾਲ। ਜੇ ਕੋਈ ਅੰਮ੍ਰਿਤ ਵੇਲੇ ਉੱਠਦਾ 5 ਵਜੇ, ਹੁਣ 5 ਵਜੇ ਉੱਠ ਕੇ ਕਰਦਾ ਨਿਤਨੇਮ, ਚੌਂਕੜਾ ਲਾ ਕੇ 15 ਮਿੰਟ ਕਰਦਾ ਵਾਹਿਗੁਰੂ ਸਿਮਰਨ ਦਾ ਜਾਪ, ਇਹ ਹੁਣ ਦਾਜ ਇਕੱਠਾ ਕਰ ਰਿਹਾ ਆਪਣੇ ਨਾਲ ਲੈ ਕੇ ਜਾਣ ਲਈ ਦਾਜ ਇਕੱਠਾ। ਸਾਹਿਬ ਕਹਿੰਦੇ ਇਹਦਾ ਲਾਲਚ ਕਰ, ਇਹਦਾ ਲਾਲਚ ਕਰ, 5 ਵਜੇ ਜਾਗਦਾ ਇਹਦਾ ਲਾਲਚ ਕਰ, ਹੁਣ 4 ਜਾਗ। ਆਖੋ ਸਤਨਾਮ। ਇੱਕ ਸੁਖਮਨੀ ਕਰਦਾ ਇਹਦਾ ਲਾਲਚ ਕਰ, ਹੁਣ 2 ਸੁਖਮਨੀ ਕਰ, 15 ਮਿੰਟ ਵਾਸਤੇ ਸੰਗਤ ਵਿੱਚ ਬੈਠਣ ਲਈ ਆਇਆ ਹੈ, ਹੁਣ ਇਹਦਾ ਲਾਲਚ ਕਰ। ਹੁਣ ਜਿਹੜਾ ਤੁਸੀਂ ਬੈਠ ਰਹੇ ਹੋ ਕੀ ਹੈ? ਇਹ ਨਿਰਮਲ ਦਾਜ ਇਕੱਠਾ ਹੋ ਰਿਹਾ, ਸਾਡੇ ਜਿੰਦ ਦੇ ਨਾਲ ਬੰਨਿਆ ਜਾ ਰਿਹਾ, ਇਹ ਦਾਜ ਅਸੀਂ ਲੈ ਕੇ ਜਾਣਾ। ਆਖੋ ਸਤਨਾਮ। ਇਹ ਬਾਬੂਲਾ ਦੀ ਗੋਦੀ 'ਚ ਬੈਠੇ ਹੋ, ਆਪਣੇ ਬਾਬੂਲਾ ਦੀ ਗੋਦੀ 'ਚ ਬੈਠੇ ਹੋ, ਤੇ ਬਾਬੂਲਾ ਤੁਹਾਨੂੰ, ਗੁਰੂ ਬਾਬੂਲਾ ਤੁਹਾਨੂੰ ਨਿਰਮਲ ਨਿਰਮਲ ਦਾਜ ਦੇ ਰਹੇ ਨੇ। ਆਖੋ ਸਤਨਾਮ। ਇਹਦਾ ਲਾਲਚ ਚੰਗਾ ਹੈ। ਦੇਖੋ ਜੀ, ਦੁਨੀਆਂ ਦੇ ਦਾਜ ਦੇ ਵਿੱਚੋਂ ਨਿਕਲਦਾ ਹੈ ਦੁੱਖ, ਪਰ ਇਸ ਦਾਜ ਦੇ ਵਿੱਚੋਂ ਨਿਕਲਦਾ ਹੈ ਸੁੱਖ। ਆਖੋ ਸਤਨਾਮ। ਸਤਿ ਸ੍ਰੀ ਅਕਾਲ। ਦੁਨੀਆਂ ਦੇ ਦਾਜ ਦੇ ਵਿੱਚੋਂ ਨਿਕਲਦਾ ਹੈ ਕਲੇਸ਼, ਆ ਨਿਰਮਲ ਦਾਜ ਜਿਹੜਾ ਨਾਮ ਦਾ ਤੁਸੀਂ ਇਕੱਠਾ ਕਰ ਰਹੇ ਹੋ, ਇਹਦੇ ਵਿੱਚੋਂ ਨਿਕਲਦਾ ਹੈ ਸਤਸੰਗਤ ਸ਼ਾਂਤੀ। ਆਖੋ ਸਤਨਾਮ। ਉੱਥੋਂ ਨਿਕਲਦੀ ਹੈ ਮੌਤ, ਇੱਥੋਂ ਨਿਕਲਦਾ ਹੈ ਜੀਵਨ, ਜੀਵਨ। ਤਾਂ ਸਤ ਜੀਵਨ ਹੋਏ, ਤਾਂ ਸਤ ਜੀਵਨ ਹੋਏ, ਇੱਥੋਂ ਇਸ ਨਿਰਮਲ ਦਾਜ ਦੇ ਵਿੱਚੋਂ ਨਿਰਮਲ ਜੀਵਨ ਨਿਕਲਦਾ ਹੈ, ਨਿਰਮਲ ਜੀਵਨ। ਮੰਗ ਲਈ ਹੈ ਫਿਰ ਮੇਰੇ ਬਾਬੂਲਾ, ਮੇਰੇ ਬਾਬੂਲਾ।
ਮੇਰੇ ਬਾਬੂਲਾ